ਕੀ ਕਰਦੇ ਹੋ ਸੁਖੀ ਜੇ ਭਗਤਾਂ ਦੇ ਘਰ ਜਾਗਦਾ ਬਸ ਕਹਿ ਦੋ ਲੈਣਾ ਪਿਆਰਾ ਜਾਂ ਫਿਰ ਜਿਨ੍ਹਾਂ ਦੇ ਘਰ ਚੱਲ ਜਾ ਤੇ ਲਗਾ ਵੀ ਦਿੰਦੇ ਨੇ ਆ ਲੈਣਾ ਪਿਆਰਾ ਉਹਨਾਂ ਦਾ ਵਿਰਕਾ ਇੱਥੇ ਹੈ ਮੈਂ ਤੇ ਲੈਣਾ ਪਿਆਰਾ ਲੱਗ ਰਹੀਆਂ ਨਹੀਂ ਤੇ ਸਭ ਜਗ੍ਹਾ ਜਾ ਕੇ ਨਹੀਂ ਅਸੀਂ ਨੱਚ ਸਕਦੇ ਜਿੱਥੇ ਉਹਦਾ ਹੁਕਮ ਹੋਵੇ ਨਾ ਜਿੱਥੇ ਉਹਦਾ ਪਿਆਰ ਹੋਵੇ ਇਹਨਾਂ ਦੇ ਸੇਵਾ ਦਾ ਆਉਣਾ ਹਰੀ ਦੇ ਨਾਂ ਦੇ ਇੰਨੇ ਕਰਮਾਂ ਵਾਲੇ ਨਹੀਂ ਹੋ ਬਾਈ ਨੇ ਪੈਰ ਧੋਤੇ ਪੌਣਾ ਹਰੀ ਨੇ ਡਿਊਟੀ ਲਾਈ ਹੈ ਤੇ ਉਹਨਾਂ ਨੇ ਸਮਝੀਏ ਜੇ ਕਰਾ ਦੂਜਾ ਧਾਰ ਬਹੁਤ ਸਾਰੇ ਦਰਬਾਰ ਕੀ ਉਹ ਸਾਡੇ ਕੋਲ ਚੋਰੀ ਚੋਰੀ ਪੱਤਾ ਦੇ ਅਰ ਜਾਣੇ ਹੋ ਉਹ ਪੱਤਾ ਦੇ ਅਰ ਜਾਣੇ ਹੋ ਉਹ ਪੱਤਾ ਦੇ ਅਰ ਜਾਣੇ ਤੁਸੀਂ ਰਾਮ ਦਾ ਦਰਸਾਨੇ ਹੋ ਉਹ ਰਾਮ ਦਾ ਦਰਸਾਨੇ ਹੋ ਉਹ ਤੇਰੀਆਂ ਰਾਮ ਦਾ ਜੋ ਮਰਜ਼ੀ ਹੋ ਜਾਵੇ ਜਾਣਾ ਵਾ ਜਾਣਾ ਵਾ ਜਾਣਾ ਵਾ ਮੱਥਾ ਟੇਕਣਾ ਹੀ ਆ ਜੋ ਵੀ ਹੈ ਡੋਲੀ ਜਾਂਦੇ ਸੀ ਸਾਨੂੰ ਸਾਰੇ ਕਹਿੰਦੇ ਪਾਉਣਾ ਹਾਲੀ ਤੁਹਾਡੇ ਨਾਲ ਪਰ ਸਾਡਾ ਜਿਹੜਾ ਦਿਲ ਦਾ ਤੇ ਮਨ ਆ ਇਹ ਪਾਤਾ ਨੂੰ ਮੰਨਦਾ ਹੀ ਨਹੀਂ ਪਤਾ ਕੀ ਲੱਗਦਾ ਕਰਦੇ ਘਰਾਂ ਦੇ ਉੱਪਰ ਲਵਾਉਂਦੇ ਧੋਰ ਬਾਬੇ ਰਸ਼ ਦੋ ਘੰਟੇ ਲੈਣ ਓਏ ਹੋਏ ਜੋਗੀ ਕਹਿੰਦਾ ਰਾਜੂ ਚੱਲ ਵਾਪਸ ਚੱਲੀਏ ਮੈਂ ਕਿਹਾ ਨਹੀਂ ਯਾਰ ਪਿੱਛੋਂ ਜਾ ਕੇ ਦੇਖਦੇ ਹਾਂ ਕੋਈ ਗੱਲ ਨਹੀਂ ਮੱਥਾ ਟੇਕ ਕੇ ਜਾਣਾ ਵਾ ਸ਼ਾਮ ਨੂੰ ਘਰ ਵੀ ਪਹੁੰਚਣਾ ਆਪਣਾ ਕੋਈ ਗੱਲ ਅਸੀਂ ਪਿੱਛੋਂ ਚੱਲ ਕੇ ਪੁਲਿਸ ਵਾਲੇ ਨੇ ਇੱਕ ਜਾਣ ਨੂੰ ਜਾਣ ਦਿੱਤਾ ਜਿਹੜਾ ਆ ਬਾਬਾ ਜੀ ਵਰਗੇ ਸੀ ਉਹਨੂੰ ਜਾਣ ਦਿੱਤਾ ਕੋਈ ਗੱਲ ਨਹੀਂ ਚਿੱਟੀ ਦਾੜੀ ਆ ਕੋਈ ਗੱਲ ਨਹੀਂ ਪਰ ਉਹ ਚਿੱਟੀ ਦਾੜੀ ਵਾਲਾ ਸਾਡੇ ਕੋਲ ਤੇਜ਼ ਸੀ ਉਹ ਦੌੜਦਾ ਗਿਆ ਕਹਿੰਦਾ ਯਾਰ ਉਹ ਤੁਹਾਨੂੰ ਕਹਿੰਦਾ ਤੁਰ ਨਹੀਂ ਹੁੰਦਾ ਕਹਿੰਦਾ ਦੌੜਦਾ ਜਾ ਰਿਹਾ ਤੁਹਾਨੂੰ ਨਹੀਂ ਜਾਣ ਦੇਣਾ ਜੋਗੀ ਜੀ ਬਹਿ ਕੇ ਬੈਰੀਗੇਟ ਤੇ ਹੱਥ ਜੋੜ ਕੇ ਮਾਲਕਾ ਜੀ ਇੰਨੀ ਦੂਰ ਬੁਲਾਇਆ ਵਾ ਦਰਸ਼ਨ ਜ਼ਰੂਰ ਕਰਨ ਦਸਵੀਂ ਗੱਲ ਸਾਡੇ ਦੋਨਾਂ ਦਾ ਧਿਆਨ ਗੇਟ ਵੱਲ ਸੀ ਸਾਨੂੰ ਨਹੀਂ ਪਤਾ ਪੁਲਿਸ ਵਾਲਾ ਕਿੱਥੋਂ ਆਇਆ ਕਿੱਦਾਂ ਆਇਆ ਕੌਣ ਸੀਗਾ ਕਿੱਦਾਂ ਆਇਆ ਮੈਨੂੰ ਨਹੀਂ ਪਤਾ ਉਹਨੇ ਜੋਗੀ ਦੀ ਬਾਹ ਫੜੀ ਕਹਿੰਦਾ ਚਲੋ ਅੰਦਰ ਪੁਲਿਸ ਵਾਲਾ ਕਹਿੰਦਾ ਰਿਹਾ ਨਹੀਂ ਜਾਣ ਕਹਿੰਦਾ ਓਏ ਚੁੱਪ ਕਰ ਜਾ ਇਹ ਤਾਂ ਪਹਾੜੀਏ ਕਿੱਥੇ ਜਾਂਦੇ ਸਾਨੂੰ ਕੌਣ ਅਸੀਂ ਕੌਣ ਨਹੀਂ ਕਹਿੰਦਾ ਚੁੱਪ ਕਰ ਦਿਆ ਮੈਂ ਜਾਣ ਦੇ ਟੱਪ ਕੇ ਆਇਆ ਮੈਂ ਜਾਣ ਦੇ ਕੋਈ ਗੱਲ ਤੇ ਉਹ ਕਿ ਜੇ ਬੁਲਾਉਂਦੇ ਆ ਤੇ ਦਰਸ਼ਨ ਵੀ ਕਰਾਉਂਦੇ ਆ ਪਰਦਿਆਂ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਆ ਜੇ ਆਪਾਂ ਐਤਵਾਰ ਇੱਕ ਰੋਡ ਵੀ ਦਿੰਦੇ ਆ ਨਾ ਕਿਉਂਕਿ ਸੱਚੀ ਨੀਂਦ ਨਾਲ ਤੇ ਸੱਚੀ ਭਾਵਨਾ ਉਹ ਰੋਡ ਤਾਂ ਹੀ ਮੰਨਿਆ ਜਾਏਗਾ ਨਹੀਂ ਤਾਂ ਜਿਹੜੀ ਘਰ ਰੋਟੀ ਅਸੀਂ ਖਾ ਰਹੇ ਹਾਂ ਸਮਝਾ ਉਹਨੂੰ ਉਹੀ ਖਵਾ ਦੇ ਜੇ ਕਰਾ ਦੂਦਾ ਧਾਰੀ ਦਾ ਉਹ ਸੱਚੇ ਦਰਬਾਰ ਕੀ ਹੋ ਸਾਡੇ ਕੋਲ ਚੋਰੀ ਚੋਰੀ ਗੁਫਾ ਦੇ ਵਿੱਚ ਜਾਣੇ ਹੋ ਗੁਫਾ ਦੇ ਵਿੱਚ ਜਾਣੇ ਹੋ ਗੁਫਾ ਦੇ ਵਿੱਚ ਜਾ ਕੇ ਤੁਸੀਂ ਦਰਸ਼ ਦਿਖਾਨੇ ਹੋ ਤੇ ਦਰਸ਼ ਦਿਖਾਨੇ ਹੋ ਇਹ ਗੱਲ ਦੋਵੇਂ ਆਖੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਸ ਮਾਲਕ ਦੇ ਉਸ ਸੱਚੀ ਸਰਕਾਰ ਦੇ ਤਾੜੀ ਲਾ ਕੇ ਹੋ ਤੇਰੇ ਦਰਸ਼ਨਾਂ ਦਾ ਨਜ਼ਾਰਾ ਮੇਰੇ ਜੋਗੀਆਂ ਦਰਸ਼ਨਾਂ ਦਾ ਨਜ਼ਾਰਾ
ਵਧੀਆ ਬੰਦਾ ਹੈ ਨਾਨਕਾ ਇਹਨੂੰ ਕੋਈ ਟੈਨਸ਼ਨ ਨਹੀਂ ਕਿਸੇ ਨਾਲ ਲੈਣਾ ਦੇਣਾ ਨਹੀਂ ਮੱਖਣ ਮੰਨਦਾ ਕਹਿੰਦਾ ਮੇਰੇ ਕੋੜੇ ਸਾਹਮ ਕੇ ਰੱਖੀ ਮੈਂ ਆਇਆ ਰਾਂ ਪਾਣੀ ਲੈ ਕੇ ਜੇ ਕਰਾ ਦੂਦਾ ਦਾ ਦੇਣਾ ਲੋ ਉਹਨਾਂ ਦਾ ਵੀ ਪਿਆਰ ਹੈ ਚਲਕਦਾ ਹੈ ਸਾਰਾ ਹੀ ਤੋ
ਬਹੁਤ ਸਾਰੀਆਂ ਅਛਾਵਾਂ ਸਨ ਸਰਦਾਰ ਫਕੀਰ ਸਿੰਘ ਜੀ ਦੀਆਂ ਇਸ ਮੰਦਰ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਵਾਸਤੇ ਉਹਨਾਂ ਦੀ ਇੱਛਾ ਸੀ ਕਿ ਆ ਜਿਹੜਾ ਬਾਬਾ ਦਾ ਦਰਬਾਰ ਹੈ ਇਸ ਨੂੰ ਸਾਰੇ ਜਾਣੇ ਹੀ ਦੀਦਾਰ ਕਰ ਸਕਣ ਬਾਬਾ ਜੀ ਦੀ ਸੂਰਤ ਦਾ ਬਾਬਾ ਜੀ ਦੀ ਮੂਰਤੀ ਦਾ ਤੋਂ ਕਹਿੰਦੇ ਸੀ ਕਿ ਮੈਂ ਜਿਹੜਾ ਆਹ ਬਾਬਾ ਦਾ ਦਰਬਾਰ ਹੈ ਇਹ ਇਸ ਨੂੰ ਸਾਰਾ ਕੱਚ ਦਾ ਬਣਾ ਦੇਣਾ ਆਲੇ ਦੁਆਲੇ ਸਾਰਾ ਹੀ ਜਿਹੜੇ ਸ਼ੀਟ ਨੂੰ ਲਗਾ ਕੇ ਨਾ ਮੋਟੇ ਕੱਚ ਦੀ ਜਿਹੜੇ ਵੀ ਬਾਹਰ ਵੀ ਬੈਠੇ ਦਰਸ਼ਕ ਜਿਹੜੇ ਆ ਉਹ ਵੀ ਬਾਬਾ ਜੀ ਦੇ ਦਰਸ਼ਨ ਕਰ ਸਕਣ ਤੋ ਜਿਹੜਾ ਫਰਸ਼ ਜਿਹੜਾ ਸੀਗਾ ਇਹ ਵੀ ਥੋੜ੍ਹਾ ਥੱਲੇ ਨੂੰ ਦੱਬ ਹੋਏਗਾ ਸਾਡੀ ਇੱਛਾ ਹੈ ਕਿ ਇਸ ਪ੍ਰੋਜੈਕਟ ਨੂੰ ਵੀ ਅਸੀਂ ਲੇਬਰੇ ਚੜ ਕੇ ਕਿ ਇੱਥੇ ਸਾਰੀਆਂ ਹੀ ਟਾਇਲਸ ਵਗੈਰਾ ਜਿਹੜੀਆਂ ਲਗਾ ਕੇ ਅੰਦਰ ਤੋਂ ਲੈ ਕੇ ਬਾਹਰ ਸਾਰੀਆਂ ਹੀ ਮਾੜੇ ਰੈਨੋਵੇਟ ਕਰ ਦਈਏ ਇਸ ਥੱਲੇ ਜਿਹੜਾ ਫਰਸ਼ ਹੈ ਬਹੁਤ ਥੱਲੇ ਨੂੰ ਡੂੰਘਾ ਜਿਹਾ ਹੋਇਆ ਇੱਥੋਂ ਦੇਖਿਆ ਉਹਨਾਂ ਤੁਸੀਂ ਅਤੇ ਦਰੀਆਂ ਵਿਛਾ ਕੇ ਸਵੇਰੇ ਅਸੀਂ ਜੋ ਦਰੀਆਂ ਵਿਛਾ ਰਹੇ ਥੋੜ੍ਹਾ ਜਿੱਥੋਂ ਥੱਲੇ ਨੀਵਾਂ ਸੀਗਾ ਉੱਥੇ ਥੋੜ੍ਹਾ ਜਿਹਾ ਹੋਰ ਪੈਚ ਦੇ ਕੇ ਬਰਾਬਰ ਕਰਕੇ ਤਾਂ ਜੋ ਕਿਸੇ ਨੂੰ ਤਕਲੀਫ ਨਾ ਹੋਵੇ ਠੇਡਾ ਨਾ ਲੱਗੇ ਤੋ ਫਰਸ਼ ਕਈ ਥਾਵਾਂ ਤੋਂ ਦੱਬ ਹੋਇਆ ਤੋ ਅਸੀਂ ਇਹ ਵੀ ਕੋਸ਼ਿਸ਼ 'ਚ ਹਾਂ ਕਿ ਜਿਹੜਾ ਮੰਦਰ ਹੈ ਬਾਬਾ ਜੀ ਦਾ ਸੋਹਣੀ ਦਿੱਖ ਹੋਵੇ ਇਸ ਦੀ ਜਦੋਂ ਵੀ ਭਗਤ ਜਨ ਆਉਣ ਅਤੇ ਖੁਸ਼ ਹੋਣ ਉਹਨਾਂ ਦਾ ਮਨ ਖੁਸ਼ ਹੋਇਆ ਅਤੇ ਬਾਬਾ ਜੀ ਖੁਸ਼ ਹੈ ਠੀਕ ਹੈ ਨਾ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਜਿਹੜਾ ਚਾਹੀਦਾ ਤੋ ਤੁਹਾਡੇ ਭਰਪੂਰ ਸਹਿਯੋਗ ਦੀ ਵੀ ਸਾਨੂੰ ਆਸ ਹੈ ਜਿਸ ਜਿਸ ਤਰ੍ਹਾਂ ਵੀ ਤੁਹਾਡਾ ਪਿਆਰ ਮਿਲਦਾ ਸਾਨੂੰ ਤਨ ਮਨ ਤਨੋਂ ਸਾਰਾ ਹੀ ਤੁਹਾਡੇ ਹੀ ਸਹਿਯੋਗ ਦੇ ਨਾਲ ਸਾਰੇ ਕਾਰਜ ਜਿਹੜੇ ਆ ਨੇਪਰੇ ਹੁੰਦੇ ਆ ਨੇਪਰੇ ਚੜ੍ਹਦੇ ਆ ਸਰਦਾਰ ਗੁਰਜੀਤ ਸਿੰਘ ਜੀ ਇਹ ਮੇਰੇ ਭਾਣਜਾ ਲੱਗਦੇ ਨੇ ਜਲੰਧਰ ਤੋਂ ਇਹ ਬਾਬਾ ਜੀ ਦੇ ਚਰਨਾਂ ਦੇ ਵਿੱਚ 2000 ਰੁਪਇਆ ਦੇ ਰਹੇ ਨੇ ਤੋ ਅਸੀਂ ਇਹਨਾਂ ਦਾ ਵੀ ਮਸ਼ਕੂਰ ਹਾਂ ਤੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਜਿਹੜੇ ਆ ਨੇਪਰੇ ਚੜ੍ਹਦੇ ਆ ਮੈਂ ਬੇਨਤੀ ਕਰਾਂਗਾ ਮੇਰੇ ਵੱਡੇ ਵੀਰ ਦਿਆਲ ਜੀ ਨੂੰ ਕਿ ਉਹ ਮੰਚ ਤੇ ਆਉਣ ਅਤੇ ਤੁਹਾਨੂੰ ਬਾਬਾ ਜੀ ਦੀਆਂ ਸੁੰਦਰ ਸੁੰਦਰ ਭੇਟਾਂ ਸੁਣਾਉਣ ਮੇਰੇ ਆਸੀ ਭਾਅ ਜੀ ਕਹਿੰਦੇ ਤੁਸੀਂ ਮਤਲਬ ਹਾਜ਼ਰੀ ਲਗਾਓ ਮੈਂ ਕਿਹਾ ਨਹੀਂ ਪਹਿਲਾਂ ਜਿਹੜੇ ਆਏ ਹੋਏ ਮਹਿਮਾਨ ਆ ਉਹਨਾਂ ਨੂੰ ਸੁਣ ਲਈਏ ਮੈਂ ਬਾਅਦ 'ਚ ਧੰਨਵਾਦ ਵੀ ਕਰਾਂਗਾ ਅਤੇ ਤੁਹਾਨੂੰ ਇੱਕ ਦੋ ਤੁਹਾਡੀਆਂ ਭੇਟਾਂ 'ਚ ਜਿਹੜੀ ਫਰਮਾਇਸ਼ ਹੈ ਉਹ ਵੀ ਮੈਂ ਸੁਣਾਵਾਂਗਾ ਜੇਕਰ ਪਾਉਣਾ ਹਾਜ਼ਰ ਜੀ ਦਾ ਬਹੁਤ ਸਾਚੇ ਦਰਬਾਰ ਜੀ ਦੇ ਧਿਆਨ ਭਾਜੀ
ਤੀਸਰੀ ਚੱਲ ਗਏ ਬੈ ਨੇ ਜਾਂਦੇ ਨਹੀਂ ਹੁੰਦੇ ਸਭ ਪਰਦੇ ਕਰਦੇ ਆ ਜਾਂਦੇ ਸਾਡੇ ਕੋਲ ਹੀ ਬੈਠੇ ਹੋ ਇਹ ਸਾਡੀ ਮਾਂ ਆ ਅਸੀਂ ਇਹਨਾਂ ਨੂੰ ਮਾਂ ਕਹਿ ਸਕਦੇ ਆ ਪ੍ਰੇਮ ਦਾ ਕੋਈ ਯੋਧਾ ਕਹਿਣਾ ਪੜਦਾ
Oh!
Thank you.
I'm not going to be able to do it.
Thank you.
Thank you.
ਜੱਤਾਂੀਆਂ ਫਸਲਾਂ ਉਜਾੜ ਦਿੱਤੀ ਆਪ ਬੈਠਾ ਬੋੜ ਥੱਲੇ ਹੋ ਕੇ ਨਾਮ ਚ ਨਿਹਾਲ ਆਪ ਬੈਠਾ ਬੋੜ ਥੱਲੇ ਹੋ ਕੇ ਨਾਮ ਚ ਨਿਹਾਲ ਖੇਤ ਗਵਾਂ ਨੇ ਉਜਾੜੇ ਇੱਕ ਇਹ ਵੀ ਸੀ ਕਮਾਲ ਖੇਤ ਗਵਾਂ ਨੇ ਉਜਾੜੇ ਇੱਕ ਇਹ ਵੀ ਸੀ ਕਮਾਲ ਆਪ ਬੈਠਾ ਬੋੜ ਥੱਲੇ ਹੋ ਕੇ ਨਾਮ ਚ ਨਿਹਾਲ ਖੇਤ ਗਵਾਂ ਨੇ ਉਜਾੜੇ ਇੱਕ ਇਹ ਵੀ ਸੀ ਕਮਾਲ ਭੇਦ ਜਾਣਦਾ ਨਾ ਕੋਈ ਭੇਦ ਜਾਣਦਾ ਨਾ ਕੋਈ ਮੇਰੀ ਸਰਕਾਰ ਦਾ ਗਏ ਗਾਉਂਗਾ ਰਤਨ ਮਈਆ ਦੀਆਂ ਜੋਗੀ ਚਾਰ ਦਾ ਜੀ ਗਾਉਂਗਾ ਰਤਨ ਮਈਆ ਦੀਆਂ ਜੋਗੀ ਚਾਰ ਦਾ ਜੀ ਗਾਉਂਗਾ ਰਤਨ ਮਈਆ ਉਹ ਪੌਣਾ ਹਰੀ ਵੀ ਚਾਰ ਦਾ ਲੋਕਾਂ ਨੇ ਥਾਣੇ ਦੇ ਵਿੱਚ ਰਪੜ ਲਿਖਾਈ ਮਾਤਾ ਰਤਨੋ ਨੂੰ ਥਾਣੇ ਬੁਲਾਇਆ ਤੇ ਆਖਿਆ ਰਤਨੋ
جیڑا تیرا لال تیریاں گھوماں چار دے نا او بڑا بے پرواہ اے او دیاں گھوماں نے ساڈیاں فصلاں او جار دتیاں تے ایداں دا پتر اے تیرا ماتا رتنوں نوں جدا وچ تھانے تے بلایا ਰਤਨੋਂ ਨੂੰ ਜਦੋਂ ਵਿੱਚ ਥਾਣੇ ਤੇ ਬੁਲਾਇਆ ਹੁਆ ਤੇਰੀਆਂ ਨੇ ਫਸਲਾਂ ਨੂੰ ਮਿੱਟੀ ਚ ਮਲਾਇਆ ਹੁਆ ਤੇਰੀਆਂ ਨੇ ਫਸਲਾਂ ਨੂੰ ਮਿੱਟੀ ਚ ਮਲਾਇਆ ਹਰੇ ਕੱਲਾ ਕੱਲਾ ਤਾਨੇ ਮਾਰੇ ਕੱਲਾ ਕੱਲਾ ਤਾਨੇ ਦਿਲ ਨਾ لوگاں نے ماتا رتنوں نو بڑے مارے چنگے بول بولے ماتا رتنوں نے کراں آ کے دودا تاری نو آکھیا کہ پونا ہاریا اج تے میری بے عزتی کروا دتی اج مینوں لوگاں نے تھانے چ بلایا بہت مارے چنگے بول بولے او پونا ہاریا میں تینوں 12 سال لسیاں پیائیاں تینوں 12 سال روٹیاں کھوائیاں ਤੂੰ ਮੇਰੀ ਸੇਵਾ ਦਾ ਮੈਨੂੰ ਆਸਰਾ ਦਿੱਤਾ ਮੈਂ ਹਾਂ ਸ਼ਿਵ ਦਾ ਪੁਜਾਰੀ ਮਾਤਾ ਜਾਣੇ ਸਾਰਾ ਜਗ ਮੈਂ ਹਾਂ ਸ਼ਿਵ ਦਾ ਪੁਜਾਰੀ ਮਾਤਾ ਜਾਣੇ ਸਾਰਾ ਜਗ ਹੋ ਮੇਰਾ ਕੀਤਾ ਅਪਮਾਨ ਮੇਰਾ ਕੀਤਾ ਅਪਮਾਨ ਐਵੇਂ ਲੋਕਾਂ ਪਿੱਛੇ ਲੱਗ खेत हरे भरे सारे खेत हरे भरे सारे जग झूठ मारदा गए गौआ रतनों मैया दिया जोगी चार दाजी गौआ रतनों मैया दिया ਅਸੀਂ ਉੱਡਦੇ ਆਸਰੇ ਤੇਰੇ ਸਾਡੇ ਵਿੱਚ ਰਹਿਣ ਵਾਲਿਆ ਅਸੀਂ ਉੱਡਦੇ ਆਸਰੇ ਤੇਰੇ ਸਾਡੇ ਵਿੱਚ ਰਹਿਣ ਵਾਲਿਆ ਲੱਗੀਆਂ ਰੌਣਕਾਂ ਲੱਗੀਆਂ ਰੌਣਕਾਂ ਹੈ ਸਾਡੇ ਬੇੜੇ ਸਾਡੇ ਵਿੱਚ ਰਹਿਣ ਵਾਲਿਆ ਅਸੀਂ ਉੱਡਦੇ ਆਸਰੇ ਤੇਰੇ ਸਾਡੇ ਵਿੱਚ ਰਹਿਣ ਵਾਲਿਆ ਅਸੀਂ ਉੱਡਦੇ ਆਸਰੇ ਕੋਠੀਆਂ ਵੀ ਦਿੱਤੀਆਂ ਤੂੰ ਕਾਰਾਂ ਵੀ ਦਿੱਤੀਆਂ ਕੋਠੀਆਂ ਵੀ ਦਿੱਤੀਆਂ ਤੂੰ ਕਾਰਾਂ ਵੀ ਦਿੱਤੀਆਂ ਝੂਠ ਨਾ ਮੈਂ ਬੋਲਾਂ ਗੱਲਾਂ ਕਰਦਾ ਹਾਂ ਸੱਚੀਆਂ ਝੂਠ ਨਾ ਮੈਂ ਬੋਲਾਂ ਗੱਲਾਂ ਕਰਦਾ ਹਾਂ ਸੱਚੀਆਂ ਕੋਠੀਆਂ ਵੀ ਦਿੱਤੀਆਂ ਤੂੰ ਕਾਰਾਂ ਵੀ ਦਿੱਤੀਆਂ ਝੂਠ ਨਾ ਮੈਂ ਬੋਲਾਂ ਗੱਲਾਂ ਕਰਦਾ ਹਾਂ ਸੱਚੀਆਂ ਲਾਈਏ ਬਾਹਰਲੇ ਲਾਈਏ ਬਾਹਰਲੇ ਦੇਸ਼ਾਂ ਦੇ ਵਿੱਚ ਗੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਡੇ ਵਿੱਚ ਰਹਿਣ ਵਾਲਿਆ ਲੱਗੀਆਂ ਰੌਣਕਾਂ ਹੈ ਸਾਡੇ ਬੇੜੇ ਜੋਗੀ ਜਾਤ ਲਾਈਆਂ ਤੇਰੀ ਕਿਰਪਾ ਦੇ ਨਾਲ ਕੰਮ ਸਾਡੇ ਚੱਲਦੇ ਤੇਰੀ ਕਿਰਪਾ ਦੇ ਨਾਲ ਕੰਮ ਸਾਡੇ ਚੱਲਦੇ ਬਣ ਗਏ ਕਰੋੜਾਂ ਪਤੀ ਜਿਹੜੇ ਤੈਨੂੰ ਮੰਨਦੇ ਬਣ ਗਏ ਕਰੋੜਾਂ ਪਤੀ ਜਿਹੜੇ ਤੈਨੂੰ ਮੰਨਦੇ ਤੇਰੀ ਕਿਰਪਾ ਦੇ ਨਾਲ ਕੰਮ ਸਾਡੇ ਚੱਲਦੇ
ਬਣ ਗਏ ਕਰੋੜਾਂ ਪਤੀ ਤੈਨੂੰ ਮੰਨੇ ਹੱਥ ਰੱਖੀ ਸਦਾ ਹੱਥ ਰੱਖੀ ਸਦਾ ਸਿਰੇ ਉੱਤੇ ਮੇਰੇ ਅਸੀਂ ਉੱਡਦੇ ਆਸਰੇ ਤੇਰੇ ਲੱਗੀਆਂ ਰੌਣਕਾਂ ਹੈ ਸਾਡੇ ਵਿਹੜੇ ਹਰ ਸਾਲ ਜੋਗੀ ਤੇਰਾ ਲੰਗਰ ਲਗਾਉਣੇ ਆ ਹਰ ਸਾਲ ਜੋਗੀ ਤੇਰਾ ਲੰਗਰ ਲਗਾਉਣੇ ਆ ਰੋਟ ਪ੍ਰਸ਼ਾਦ ਲੈ ਕੇ ਗੁਫਾ ਉੱਤੇ ਆਉਣੇ ਆ ਰੋਟ ਪ੍ਰਸ਼ਾਦ ਲੈ ਕੇ ਗੁਫਾ ਉੱਤੇ ਆਉਣੇ ਆ ਹਰ ਸਾਲ ਜੋਗੀ ਤੇਰਾ ਲੰਗਰ ਲਗਾਉਣੇ ਆ ਰੋਟ ਪ੍ਰਸ਼ਾਦ ਲੈ ਕੇ ਉੱਤੇ ਆਉਣੇ ਆ ਸੋਹਣੀ ਕਹਿੰਦਾ ਕਰੀ ਸੋਹਣੀ ਕਹਿੰਦਾ ਕਰੀ ਸੁੱਖਾਂ ਦੇ ਸਵੇਰੇ ਅਸੀਂ ਉੱਡਦੇ ਆਸਰੇ